ਅੱਜ ਮੈਂ ਲਗਾਟ ਦਾ ਜੂਸ ਬਣਾਉਣ ਲੱਗੇ ਹਾਂ ਜੀ। ਮਾਸ਼ਾਅੱਲਾ ਜੀ, ਲਗਾਟ ਅਸੀਂ ਅੱਛੇ ਤਰੀਕੇ ਨਾਲ ਧੋ ਲਈ ਹੈ ਆਪਣੀ ਜ਼ਰੂਰਤ ਦੇ ਮੁਤਾਬਕ। ਮਾਸ਼ਾਅੱਲਾ ਜੀ, ਮਿਲਕਸ਼ੇਕ ਤਿਆਰਾ ਵੀ ਕੈਸਾ ਦੇਖਾ? ਅਗਰ ਇਸ ਲੰਗਰ ਚ ਸ਼ਾਮਿਲ ਹੋਣਾ ਚਾਹੁੰਦੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਸ਼ਾਮਿਲ ਹੋ ਸਕਦੇ ਹੋ। ਅੱਲਾ ਦੇ ਰਾਹ ਦਾ ਕੰਮ ਹੈ, ਫੀਸ ਬਿੱਲਾ ਦਾ ਕੰਮ ਹੈ। ਇਹਦੇ ਨਾਲ ਨਾਲ ਮੁਖਤਲਿਫ ਕਿਸਮ ਦੀਆਂ ਮੈਂ ਰੈਸਪੀਆਂ ਦੇ ਰਿਹਾ, ਵੱਡੀ ਆ ਰਹੀ ਹੈ ਉਹਦੇ ਨਾਲ ਗਰਮੀਆਂ ਨੇ ਅਤੇ ਉਹ 'ਚ ਗਰਮੀਆਂ ਦੀਆਂ ਰੈਸਪੀਆਂ। ਅੱਜ ਮੈਂ ਲਗਾਟ ਦਾ ਜੂਸ ਬਣਾਉਣ ਲੱਗੇ ਹਾਂ ਜੀ, ਜਿਹਦੇ ਵਿੱਚ ਤੁਸੀਂ ਇਹਨੂੰ ਮਿਲਕਸ਼ੇਕ ਵੀ ਕਹਿ ਸਕਦੇ, ਵੈਸੇ ਜੂਸ ਹੈ। ਅਸੀਂ ਬੋਤਲ ਪਾਵਾਂਗੇ ਜੀ, ਸਾਡੇ ਕੋਲ ਚੀਨੀ ਹੈ, 1 ਕਿਲੋ ਲਗਾਟ ਹੈ, ਪੁਦੀਨੇ ਦਾ 1 ਟਹਿਣੀ ਹੈ, ਅਦਰਕ ਹੈ ਅਤੇ ਨਿੰਬੂ ਹੈ, ਬੋਤਲ ਹੈ, ਕਾਲਾ ਨਿਮਕ ਹੈ। ਇਹਦਾ ਤਰੀਕੇਕਾਰ ਕੀ? ਸਭ ਤੋਂ ਪਹਿਲੇ ਅਸੀਂ ਲਗਾਟ ਨੂੰ ਛਲਾਈ ਕਰਾਂਗੇ ਅੱਛੇ ਤਰੀਕੇ ਨਾਲ। ਮਾਸ਼ਾਅੱਲਾ ਜੀ, ਲਗਾਟ ਅਸੀਂ ਅੱਛੇ ਤਰੀਕੇ ਨਾਲ ਧੋ ਲਈਏ। ਅੱਧਾ ਪੀਸ ਨਿੰਬੂ ਦਾ, ਨਿੰਬੂ ਅਸੀਂ ਕੱਢ ਕੇ ਲਗਾਟ ਵਿੱਚ ਪਾਉਂਦੇ ਹਾਂ ਆਪਣੀ ਜ਼ਰੂਰਤ ਦੇ ਮੁਤਾਬਕ। ਨਿਮਕ ਅਸੀਂ ਇਹਦੇ ਵਿੱਚ ਨਹੀਂ ਪਾਉਣਾ, ਇਸ ਕਰਕੇ ਕਿ ਬੋਤਲ ਉੱਬਲ ਨਾ ਜਾਏ। ਹੁਣ ਅਸੀਂ ਬੋਤਲ ਪਾਵਾਂ, ਮਾਸ਼ਾਅੱਲਾ ਜੀ, ਮਿਲਕਸ਼ੇਕ ਤਿਆਰਾ ਵੀ ਕੈਸਾ ਦੇਖਾ? ਲੰਗਰ ਚ ਮੈਂ ਖੁਦ ਪਕਾਉਣਾ, ਇਹਦੇ ਨਾਲ ਨਾਲ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਰੈਸਪੀਆਂ ਚੈਨਲ ਨੂੰ ਬਣਾਇਆ ਕਿਚਨ, ਇਹਦੇ ਵਿੱਚ ਮੁਖਤਲਿਫ ਕਿਸਮ ਦੀਆਂ ਰੈਸਪੀਆਂ ਦੇ ਰਿਹਾ, ਸਿਰਫ ਸਾਰਾ ਸਿਲਸਿਲਾ ਲੰਗਰ ਦੀ ਖਾਤਰ। ਇਹਦੇ ਵਾਸਤੇ ਰਹੇ ਜੀ, ਖੁਸ਼ ਰਹੇ, ਆਮੀਨ।